ਦੋਨੇ ਪਾਰਟੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਦਿਲਾਂ 'ਚੋਂ ਲੈ ਗਈਆਂ। ਤਿੰਨ ਉਮੀਦਵਾਰ ਤਾਂ ਪੂਰੇ ਨਹੀਂ ਕੀਤੇ ਗਏ, ਇੱਕ ਫਿਲਮ ਵਾਲਾ ਲਿਆਉਂਦਾ, ਇੱਕ ਦਿੱਲੀ ਤੋਂ ਲਿਆਉਂਦਾ, ਠੀਕ ਹੈ ਨਾ, ਇੱਕ ਇੱਕ ਵਿਜੇ ਸਾਂਪਲਾ ਜਿਹੜਾ ਉਹ ਮੰਤਰੀ ਬਣਾ ਕੇ ਅਤੇ ਐਮ ਪੀ ਬਣਾ ਕੇ ਉਹ ਮੂਲ ਤੋਂ ਵੀ ਠੀਕ ਕਰ ਲਈ। ਜਦੋਂ ਤੁਸੀਂ ਆਪਣੇ ਕਮਲ ਦੇ ਫੁੱਲ ਨੂੰ ਸੰਭਾਲ ਲਓ, ਠੀਕ ਹੈ, ਸਾਡੇ ਚੜ੍ਹਦਾ ਫਿਲਮ। ਸ਼ਵੈਤ ਮਲਿਕ ਆਪਣਾ ਕਮਲ ਦਾ ਫੁੱਲ ਸਾਂਭ ਕੇ ਰੱਖੇ, ਸਾਡੇ ਝਾੜੂ ਦਾ ਫਿਕਰ ਕਰਨ ਦੀ ਉਹਨੂੰ ਕੋਈ ਲੋੜ ਨਹੀਂ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦਾ। ਭਗਵੰਤ ਮਾਨ ਫਰੀਦਕੋਟ 'ਚ ਆਪਣੇ ਲੋਕ ਸਭਾ ਉਮੀਦਵਾਰ ਸਾਧੂ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਅਤੇ ਮੋਗਾ 'ਚ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਪੰਜਾਬ 'ਚ ਦੋ ਰਿਵਾਇਤੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਲੋਕ ਇਹਨਾਂ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਆਉਣ ਵਾਲਾ 19 ਮਈ ਦਾ ਦਿਨ ਲੋਕ ਆਪਣਾ ਫੈਸਲਾ ਸੁਣਾਉਣਗੇ। ਜਸਟਿਸ ਜੋਰਾ ਸਿੰਘ ਦੀ ਰਿਪੋਰਟ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ 'ਤੇ ਭਗਵੰਤ ਮਾਨ ਨੇ ਅਕਾਲੀ ਕਾਂਗਰਸੀ ਸਰਕਾਰ ਨੂੰ ਰੱਜ ਕੇ ਕੋਸਿਆ ਅਤੇ ਸਰਕਾਰ ਦੀਆਂ ਕਾਰਗੁਜ਼ਾਰੀਆਂ 'ਤੇ ਮਹੋਰੇ ਮਾਰੇ। ਇਲੈਕਸ਼ਨ ਹੈ 19 ਮਈ ਨੂੰ, ਉਹ ਬਹੁਤ ਕਰੂਸ਼ਲ ਇਲੈਕਸ਼ਨ ਹੈ ਖਾਸ ਤੌਰ 'ਤੇ ਪੰਜਾਬ ਲਈ, ਅਤੇ ਦੋਨੇ ਪਾਰਟੀਆਂ ਜਿਹੜੀਆਂ ਨੇ ਉਹ ਲੋਕਾਂ ਦੇ ਦਿਲਾਂ 'ਚੋਂ ਲੈ ਗਈਆਂ। ਅਕਾਲੀ ਦਲ ਜਿਸ ਵੇਲੇ ਬਰਗਾੜੀ ਦੇ ਵਿੱਚ ਬੀਐਨਬੀ ਕਾਂਡ ਹੋਇਆ, ਉਸ ਤੋਂ ਬਾਅਦ ਕਿਸ ਤਰ੍ਹਾਂ ਦਾ, ਸਾਰਿਆਂ ਨੂੰ ਪਤਾ ਤੁਸੀਂ, ਕਿ ਜਾਂਚ ਨੂੰ ਰੋਕਿਆ ਗਿਆ। ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਸੀ ਉਹਨੂੰ ਡਸਟਬਿਨ 'ਚ ਸੁੱਟ ਕੇ ਪਹਿਲਾਂ ਇਹਨਾਂ ਨੇ ਰੋਕਿਆ, ਬਾਦਲਾਂ ਨੇ, ਫਿਰ ਕੈਪਟਨ ਸਾਹਿਬ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਵਿਧਾਨ ਸਭਾ ਦੇ ਪਟਲ 'ਤੇ ਰੱਖ ਕੇ ਉੱਥੇ ਬਹਿਸ ਕਰਾ ਕੇ ਕੁਛ ਨਹੀਂ, ਉਹ ਤੋਂ ਅੱਗੇ ਕਾਰਵਾਈ ਕੀਤੀ। SIT ਬਣਾਈ, SIT ਨੇ ਜਦੋਂ ਕਿਸੇ ਅਫਸਰ ਨੇ, ਕੁੰਵਰ ਵਿਜੇ ਪ੍ਰਤਾਪ ਨੇ ਪੈੜਾਂ ਲੱਭੀਆਂ ਜਿਹੜੀਆਂ ਕਿ ਬਾਦਲਾਂ ਦੇ ਘਰਾਂ ਨੂੰ ਜਾਂਦੀਆਂ ਸੀ, ਤਾਂ ਉਸ ਅਫਸਰ ਦੀ ਬਦਲੀ ਕਰਾ ਦਿੱਤੀ ਗਈ। ਦੂਜੇ ਪਾਸੇ ਜਦੋਂ ਪੱਤਰਕਾਰਾਂ ਨੇ ਭਗਵੰਤ ਮਾਨ ਨੂੰ ਪੁੱਛਿਆ ਕਿ ਸ਼ਵੈਤ ਮਲਿਕ ਦਾ ਕਹਿਣਾ ਹੈ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ 'ਚ ਇੱਕ ਹੀ ਰਹਿ ਗਿਆ, ਆਉਂਦੀਆਂ ਚੋਣਾਂ ਨੂੰ ਉਹ ਵੀ ਨਜ਼ਰ ਨਹੀਂ ਆਉਣਾ, ਤਾਂ ਭਗਵੰਤ ਮਾਨ ਨੇ ਤਾਂ ਤਰਥੱਲੀ ਹੀ ਮਚਾ ਦਿੱਤੀ ਅਤੇ ਕਿਹਾ ਕਿ ਸ਼ਵੈਤ ਮਲਿਕ ਭਾਜਪਾ ਲਈ 3 ਉਮੀਦਵਾਰ ਤਾਂ ਲੱਭ ਨਹੀਂ ਸਕਿਆ, ਇੱਕ ਦਿੱਲੀਓਂ ਲੱਭ ਕੇ ਲਿਆਇਆ, ਇੱਕ ਮੁੰਬਈ ਤੋਂ ਲੱਭ ਕੇ ਲਿਆਇਆ ਅਤੇ ਇੱਕ ਦਾ ਕੁਝ ਵੀ ਅਤਾ ਪਤਾ ਨਹੀਂ। ਸ਼ਵੈਤ ਮਲਿਕ ਆਪਣਾ ਕਮਲ ਦਾ ਫੁੱਲ ਸਾਂਭ ਕੇ ਰੱਖੇ, ਸਾਡੇ ਝਾੜੂ ਦਾ ਫਿਕਰ ਕਰਨ ਦੀ ਉਹਨੂੰ ਕੋਈ ਲੋੜ ਨਹੀਂ। ਆਪਣੇ ਉਮੀਦਵਾਰ ਸਾਧੂ ਸਿੰਘ ਦੇ ਹੱਕ 'ਚ ਭੁਗਤੇ ਉਹਨਾਂ ਕਿਹਾ ਕਿ ਪ੍ਰੋਫੈਸਰ ਸਾਹਿਬ ਨੇ ਆਪਣੇ MP ਫੰਡ 'ਚੋਂ 1-1 ਪੈਸੇ ਦਾ ਹਿਸਾਬ ਦਿੱਤਾ ਹੈ ਅਤੇ ਕਰੋੜਾਂ ਦੇ ਬਜਟ ਵਾਲੀਆਂ ਸਰਕਾਰਾਂ ਸੂਬੇ ਦਾ ਕੁਝ ਕਰ ਨਹੀਂ ਸਕਦੀਆਂ। ਹਰਸਿਮਰਤ ਕੌਰ ਬਾਦਲ ਨੂੰ ਰਗੜਾ ਲਾਉਂਦੇ ਹੋਏ ਉਹਨਾਂ ਕਿਹਾ ਕਿ 10 ਸਾਲ ਬਠਿੰਡਾ ਦੀ MP ਰਹਿ ਕੇ ਵੀ ਉਸਨੂੰ ਲੋਕਾਂ ਵਿੱਚ ਵਿਚਰਨਾ ਔਖਾ ਹੋਇਆ ਪਿਆ ਅਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਨੂੰ ਕਹੋ ਤੁਸੀਂ ਆਪਣੇ 3 ਉਮੀਦਵਾਰ ਤਾਂ ਪੂਰੇ ਨਹੀਂ ਕੀਤੇ ਗਏ, ਇੱਕ ਫਿਲਮ ਵਾਲਾ ਲਿਆਉਂਦਾ, ਇੱਕ ਦਿੱਲੀ ਤੋਂ ਲਿਆਉਂਦਾ, ਠੀਕ ਹੈ ਨਾ, ਇੱਕ ਵਿਜੇ ਸਾਂਪਲਾ ਜਿਹੜਾ ਉਹ ਮੰਤਰੀ ਬਣਾ ਕੇ ਅਤੇ MP ਬਣਾ ਕੇ ਉਹ ਉਹਨੂੰ ਤੋਂ ਵੀ ਠੀਕ ਕਰ ਲਈ। ਉਹਨਾਂ ਕਹੋ ਤੁਸੀਂ ਆਪਣੇ ਕਮਲ ਦੇ ਫੁੱਲ ਨੂੰ ਸੰਭਾਲ ਲਓ, ਠੀਕ ਹੈ, ਸਾਡੇ ਝਾੜੂ ਦਾ ਫਿਕਰ ਨਾ ਕਰੋ। ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ, ਸਾਧੂ ਸਿੰਘ MP ਰਹੇ 5 ਸਾਲ, ਲੋਕਾਂ ਦਾ ਕਹਿਣਾ ਕਿ ਵਿਕਾਸ ਨਹੀਂ ਕਰ ਪਾਏ, ਨਾ ਸਾਨੂੰ ਮਿਲਣ ਆਏ, ਹੁਣ ਦੁਬਾਰਾ ਫਿਰ ਖੜੇ ਆ। ਲੇਕਿਨ ਲੋਕ ਜਿੰਨੇ ਪੈਸੇ ਮਿਲਦੇ ਆ ਸਾਧੂ ਸਿੰਘ ਜੀ ਨੇ, ਉਨੇ 1-1 ਰੁਪਏ ਦਾ ਹਿਸਾਬ ਦਿੱਤਾ ਹੈ, ਕਿਉਂਕਿ ਹਲਕਾ 9-9 ਵਿਧਾਨ ਸਭਾ ਨੇ, 9 ਮੇਰੇ ਕੋਲੇ ਨੇ, 5 ਕਰੋੜ ਰੁਪਈਆ 1 ਸਾਲ ਦਾ, ਜਿਹਦੇ ਵਿੱਚੋਂ ਮੇਰੇ ਕੋਲ 850 ਦੇ ਨੇੜੇ ਪਿੰਡ ਨੇ, ਉਨੇ ਕੀ ਇੱਧਰ ਹੋਣਗੇ ਕਸਬੇ ਨੇ, ਸ਼ਹਿਰ ਨੇ। ਜਦੋਂ ਸਰਕਾਰ ਵੀ ਵਿਕਾਸ ਕਰ ਪਾ ਰਹੀ ਪੰਜਾਬ ਦੀ, ਜਿਹਨਾਂ ਕੋਲ ਕਰੋੜਾਂ ਦਾ ਬਜਟ ਹੈ, ਦੇਖੋ ਹਰਸਿਮਰਤ ਕੌਰ ਬਠਿੰਡੇ ਤੋਂ MP ਵੀ ਸੀ ਅਤੇ ਮਿਨਿਸਟਰ ਵੀ ਸੀ, ਉਹਨਾਂ ਨੂੰ ਅੱਜ ਹਲਕੇ 'ਚ ਵੜਨਾ ਔਖਾ ਹੋਇਆ ਪਿਆ। ਸੋ ਇੱਥੋਂ ਹੀ ਪਤਾ ਲੱਗਦਾ ਕਿ ਸਾਡੇ ਕੋਲ ਤਾਂ ਜਿੰਨੇ ਕੁ ਸਾਧਨ ਸੀ, ਜਿੰਨਾ ਕੁ ਅਸੀਂ ਕਰ ਸਕਦੇ ਸੀ, ਆਪਣਾ ਫਰਜ਼ ਨਿਭਾਇਆ ਵਿਰੋਧੀ ਪਾਰਟੀ ਵਾਲਾ। ਧੰਨਵਾਦ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ, TV।